ਨੇ ڈپٹی ਹਾਈ ਕਮਿਸ਼ਨਰ ਨੇ ਮੈਰੀ ਕੈਥਰੀਨ ਜੋਲੀ ਨੇ ਇਹ ਕੁਝ ਨਾਮ ਜਿਹੜੇ ਸਾਹਮਣੇ ਆਏ ਨੇ ਡੈਡ ਲਾਈਨ ਜਿਹੜੀ ਹੈ ਅੱਜ ਦੇ ਰਾਤ 11 ਵਜੇ ਵਰ ਆ ਰਹੀ ਹੈ ਕਿ ਭਾਰਤ ਤੇ ਕੈਨੇਡਾ ਦਾ ਤਣਾਅ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਇਸੇ ਵਿਚਾਲੇ ਜਿਹੜੀ ਹੈ ਲਗਾਤਾਰ ਸਖਤੀ ਹੋ ਰਹੀ ਹੈ ਕਦੇ ਕੈਨੇਡੀਅਨ ਸਰਕਾਰ ਦੇ ਵੱਲੋਂ ਬਹੁਤ ਸਾਰੇ ਰੂਲਸ ਰੈਗੂਲੇਸ਼ਨਸ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਆ ਤੇ ਉੱਥੇ ਹੀ ਹੁਣ ਭਾਰਤ ਨੇ ਵੀ ਸਖਤ ਰੁਖ ਅਪਣਾ ਲਿਆ 6 ਜਿਹੜੇ ਕੈਨੇਡੀਅਨ ਡਿਪਲੋਮੈਟਸ ਨੇ ਉਹਨਾਂ ਨੂੰ ਵਾਪਸ ਜਾਣ ਦੇ ਹੁਕਮ ਜਿਹੜੇ ਨੇ ਉਹ ਸੁਣਾ ਦਿੱਤੇ ਗਏ ਨੇ ਜਿੱਥੇ ਰਾਤ 12 ਵਜੇ ਦੀ ਡੈਡਲਾਈਨ ਵੀ ਅੱਜ ਦੇ ਲਈ ਜਾਰੀ ਹੋ ਚੁੱਕੀ ਹੈ ਤੇ ਉੱਥੇ ਹੀ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚੋਂ ਆਪਣੇ ਹਾਈ ਕਮਿਸ਼ਨਰ ਹੋਰ ਕੂਟਨੀਤਕ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ ਤੇ ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਵੀ ਇਹ ਗੱਲ ਕਹਿ ਦਿੱਤੀ ਕਿ ਕਟੜਵਾਦ ਹਿੰਸਾ ਦੇ ਮਾਹੌਲ ਦੇ ਵਿੱਚ ਟਰੂਡੋ ਸਰਕਾਰ ਦੀਆਂ ਕਾਰਵਾਈਆਂ ਉਹਨਾਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਦਿੰਦਾ ਹੈ ਇਸ ਤਰ੍ਹਾਂ ਦੀਆਂ ਬਿਆਨ-ਵਿਆਜੀਆਂ ਲਗਾਤਾਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਦੁਆਰਾ ਹੋ ਰਹੀਆਂ ਨੇ ਤੇ ਉੱਥੇ ਹੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਰੱਖਣ ਦੇ ਵਿੱਚ ਕੈਨੇਡਾ ਦੀ ਮੌਜੂਦਾ ਸਰਕਾਰ ਦੀ ਬਚਨਬੱਧਤਾ ਤੇ ਕੋਈ ਭਰੋਸਾ ਨਹੀਂ ਹੈ ਇਹ ਬਿਆਨ ਵੀ ਜਿਹੜੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕਹਿ ਦਿੱਤਾ ਹੈ ਕਿ ਹੁਣ ਭਾਰਤ ਸਰਕਾਰ ਦੇ 6 ਕੈਨੇਡੀਅਨ ਡਿਪਲੋਮੇਟਾਂ ਨੂੰ ਕੱਢਣਾ ਪਏਗਾ ਤੇ ਇਸ ਦੇ ਨਾਲ ਹੀ ਇਹਨਾਂ ਵਿਦੇਸ਼ ਮੰਤਰਾਲੇ ਦੇ ਮੁਤਾਬਿਕ ਇਸ ਦੇ ਵਿੱਚ ਕੁਝ ਨਾਮ ਸਾਹਮਣੇ ਆਏ ਨੇ ਜਿਸ ਦੇ ਵਿੱਚ ਸਟੀਵਰਟ ਰੌਸ ਬਿਲਰ ਕਾਰਜਕਾਰੀ ਹਾਈ ਕਮਿਸ਼ਨਰ ਇਸ ਦੇ ਨਾਲ ਹੀ ਪੈਟ੍ਰਿਕ ਹੈਬਟ ਨੇ ਡਿਪਟੀ ਹਾਈ ਕਮਿਸ਼ਨਰ ਨੇ ਮੈਰੀ ਕੈਥਰੀਨ ਜੋਲੀ ਨੇ ਇਹ ਕੁਝ ਨਾਮ ਜਿਹੜੇ ਆਮਨੇ ਆਈ ਨਹੀਂ ਡੈਡਲਾਈਨ ਜਿਹੜੀ ਹੈ ਅੱਜ ਦੇ ਰਾਤ 11:59 ਮਿੰਟ ਦੀ ਯਾਨੀ ਕਿ 12 ਵਜੇ ਤੱਕ ਜਿਹੜੀ ਹੈ ਇਹ ਡੈਡਲਾਈਨ ਜਾਰੀ ਹੋਈ ਹੈ ਇਸ ਤੋਂ ਪਹਿਲਾਂ ਜਾਂ ਇਸ ਸਮੇਂ ਤੱਕ ਜਿਹੜਾ ਭਾਰਤ ਛੱਡਣਾ ਪਏਗਾ ਕੈਨੇਡੀਅਨ ਡਿਪਲੋਮੈਟਸ ਨੂੰ ਇਹ ਵੱਡੀ ਖਬਰ ਜਿਹੜੀ ਆਈ ਹੈ ਲਗਾਤਾਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਤੇ ਉੱਥੇ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਕੁਝ ਜਿਹੜੇ ਫੈਸਲੇ ਕੀਤੇ ਗਏ ਨੇ ਕਾਫੀ ਜਿਹੜਾ ਚਰਚਾ ਕਾਫੀ ਮੁੱਦਿਆਂ ਤੇ ਵਿਚਾਰਾਂ ਜਿਹੜੀਆਂ ਕੀਤੀਆਂ ਗਈਆਂ ਨੇ ਉੱਥੇ ਹੀ ਜਿਹੜੇ ਕੈਨੇਡਾ ਭਾਰਤ ਦੇ ਵਿੱਚ ਜਿਹੜੇ ਨਾਗਰਿਕ ਨੇ ਉਹ ਲਗਾਤਾਰ ਇਸ ਮੁੱਦੇ ਤੇ ਪੂਰੀ ਨਜ਼ਰ ਰੱਖ ਰਹੇ ਨੇ ਕਿ ਕਿਤੇ ਕੋਈ ਸੇਫਟੀ ਨੂੰ ਲੈ ਕੇ ਜਾਂ ਕੋਈ ਵੀ ਇਸ ਤਰ੍ਹਾਂ ਦੇ ਕਾਰਨ ਨਾ ਬਣ ਜਾਂ ਕਿਉਂਕਿ ਬਹੁਤ ਸਾਰੇ ਪੰਜਾਬ ਜਾਂ ਸਾਡੇ ਦੇਸ਼ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਕੈਨੇਡਾ ਜਾਂਦੇ ਨੇ ਪਰ ਜਦੋਂ ਇਹੋ ਜਿਹੀਆਂ ਸਖਤੀਆਂ ਸਾਹਮਣੇ ਆਉਂਦੀਆਂ ਨੇ ਤਾਂ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਖਬਰ ਆ ਰਹੀ ਹੈ ਕੇ ਭਾਰਤ ਤੇ ਕੈਨੇਡਾ ਦਾ ਤਣਾਅ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਇਸੇ ਵਿਚਾਲੇ ਜਿਹੜੀ ਹੈ ਲਗਾਤਾਰ ਸਖਤੀ ਹੋ ਰਹੀ ਹੈ ਕਦੇ ਕੈਨੇਡੀਅਨ ਸਰਕਾਰ ਦੇ ਵੱਲੋਂ ਬਹੁਤ ਸਾਰੇ ਰੂਲਸ ਰੈਗੂਲੇਸ਼ਨਸ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਹੈ ਤੇ ਉੱਥੇ ਹੀ ਹੁਣ ਭਾਰਤ ਨੇ ਵੀ ਸਖਤ ਰੁਖ ਅਪਣਾ ਲਿਆ 6 ਜਿਹੜੇ ਕੈਨੇਡੀਅਨ ਡਿਪਲੋਮੈਟਸ ਨੇ ਉਹਨਾਂ ਨੂੰ ਵਾਪਸ ਜਾਣ ਦੇ ਹੁਕਮ ਜਿਹੜੇ ਨੇ ਉਹ ਸੁਣਾ ਦਿੱਤੇ ਗਏ ਨੇ ਜਿੱਥੇ ਰਾਤ 12 ਵਜੇ ਦੀ ਡੈਡਲਾਈਨ ਵੀ ਅੱਜ ਦੇ ਲਈ ਜਾਰੀ ਹੋ ਚੁੱਕੀ ਹੈ ਤੇ ਉੱਥੇ ਹੀ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚੋਂ ਆਪਣੇ ਹਾਈ ਕਮਿਸ਼ਨਰ ਹੋਰ ਕੂਟਨੀਤਕ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ ਤੇ ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਵੀ ਇਹ ਗੱਲ ਕਹਿ ਦਿੱਤੀ ਕਿ ਕਟੜਵਾਦ ਹਿੰਸਾ ਦੇ ਮਾਹੌਲ ਦੇ ਵਿੱਚ ਟਰੂਡੋ ਸਰਕਾਰ ਦੀਆਂ ਕਾਰਵਾਈਆਂ ਉਹਨਾਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਦਿੰਦਾ ਹੈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਲਗਾਤਾਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਦੁਆਰਾ ਹੋ ਰਹੀਆਂ ਨੇ ਤੇ ਉੱਥੇ ਹੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਰੱਖਣ ਦੇ ਵਿੱਚ ਕੈਨੇਡਾ ਦੀ ਮੌਜੂਦਾ ਸਰਕਾਰ ਦੀ ਬਚਨ ਵੱਧਤਾ ਤੇ ਕੋਈ ਭਰੋਸਾ ਨਹੀਂ ਹੈ ਇਹ ਬਿਆਨ ਵੀ ਜਿਹੜੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕਹਿ ਦਿੱਤਾ ਹੈ ਕਿ ਹੁਣ ਭਾਰਤ ਸਰਕਾਰ ਦੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣਾ ਪਏਗਾ ਤੇ ਇਸ ਦੇ ਨਾਲ ਹੀ ਇਹਨਾਂ ਵਿਦੇਸ਼ ਮੰਤਰਾਲੇ ਦੇ ਮੁਤਾਬਿਕ ਇਸ ਦੇ ਵਿੱਚ ਕੁਝ ਨਾਮ ਸਾਹਮਣੇ ਆਏ ਨੇ ਜਿਸ ਦੇ ਵਿੱਚ ਸਟੀਵਰਟ ਰੌਸ ਬੀਲਰ ਕਾਰਜਕਾਰੀ ਹਾਈ ਕਮਿਸ਼ਨਰ ਇਸ ਦੇ ਨਾਲ ਹੀ ਪੈਟ੍ਰਿਕ ਹੈਬਟ ਨੇ ਡਿਪਟੀ ਹਾਈ ਕਮਿਸ਼ਨਰ ਨੇ ਮੈਰੀ ਕੈਦਰਨ ਜੋਲੀ ਨੇ ਇਹ ਕੁਝ ਨਾਮ ਜਿਹੜੇ ਸਾਹਮਣੇ ਨੇ ਆਈ ਨਹੀਂ ਡੈਡ ਲਾਈਨ ਜਿਹੜੀ ਹੈ ਅੱਜ ਦੇ ਰਾਤ 11:59 ਮਿੰਟ ਦੀ ਯਾਨੀ ਕਿ 12 ਵਜੇ ਤੱਕ ਜਿਹੜੀ ਹੈ ਇਹ ਡੈਡ ਲਾਈਨ ਜਾਰੀ ਹੋਈ ਹੈ ਇਸ ਤੋਂ ਪਹਿਲਾਂ ਜੈ ਇਸ ਸਮੇਂ ਤੱਕ ਜਿਹੜਾ ਭਾਰਤ ਛੱਡਣਾ ਪਏਗਾ ਕੈਨੇਡੀਅਨ ਡਿਪਲੋਮੈਟਸ